ਸਾਨੂੰ ਅਸੀਂ ਫੂਨ ਗਿਆ ਤੁਹਾਡੀ ਭੁੱਗੀ ਨੂੰ ਅੱਗ ਲੱਗ ਗਈ ਆ, ਇੱਥੇ ਗੁੜ ਦਾ ਕੰਮ ਹੀ ਮੇਰਾ। ਸਾਨੂੰ ਕੰਮ ਕਰਦਿਆਂ ਨੂੰ ਇੱਥੇ ਹੋ ਗਿਆ 12 ਸਾਲ ਹੋ ਗਏ ਆ ਇੱਥੇ। ਅਸੀਂ ਰੋਟੀ ਖਾਣ ਪਏ ਤੁਹਾਡੇ ਬਾਅਦ ਸੌਂਦਾ ਵੀ ਇੱਥੇ ਹੀ ਰਹੀਦਾ ਵੀ ਸਾਰਾ ਦਿਨ ਇੱਥੇ ਆ, ਗੁੜ ਵੇਚੀ ਦਾ ਵਾ। ਦੇਖੋ ਜੀ, ਅਸੀਂ ਰੋਟੀ ਖਾਣ ਗਏ ਸੀ ਨਹਾਉਣ ਧੋਣ, ਅਤੇ ਬਾਅਦ ਦੇ ਵਿੱਚ ਮਤਲਬ ਕਿ ਸਾਨੂੰ ਇੱਥੋਂ ਫੋਨ ਗਿਆ ਤੁਹਾਡੀ ਝੁੱਗੀ ਨੂੰ ਅੱਗ ਲੱਗ ਗਈ ਆ। ਸਾਨੂੰ ਨਹੀਂ ਪਤਾ ਮਤਲਬ ਕਿ ਇੱਥੇ ਗੁੜ ਦਾ ਕੰਮ ਹੀ ਮੇਰਾ, ਗੁੜ ਵਾਲਾ ਵੀ ਇੰਨਾ ਹੀ ਵੱਡਾ। ਹਾਂਜੀ, ਇਹਨੇ 10-12 ਸਾਲ ਹੋ ਗਏ ਉੱਥੇ। ਸਾਨੂੰ ਉਹ ਫੋਨ ਕੀਤਾ। ਹਾਂਜੀ, ਨੁਕਸਾਨ ਸਾਡਾ 2 ਲੱਖ ਦਾ ਤਕਰੀਬਨ ਹੋ ਗਿਆ। ਲੈ ਗਏ ਆ ਕੋਈ ਸਮਾਨ ਅਤੇ ਕੋਈ ਇੱਥੇ ਮਤਲਬ ਲੱਗ ਗਿਆ, ਖੜਿਆ। ਸਾਨੂੰ ਕੰਮ ਕਰਦਿਆਂ ਨੂੰ ਇੱਥੇ ਹੋ ਗਿਆ 12 ਸਾਲ ਹੋ ਗਏ ਆ ਇੱਥੇ। ਪਤਾ ਨਹੀਂ ਭਾਜੀ, ਇੱਥੇ ਫੋਨ ਗਿਆ ਵਾ ਸਾਨੂੰ ਅਤੇ ਫਿਰ ਪਤਾ ਲੱਗਾ ਵੀ ਅੱਗ ਲੱਗੀ ਆ। ਅਸੀਂ ਰੋਟੀ ਖਾਣ ਗਏ ਘਰ, ਬਾਅਦ ਚ ਪਤਾ ਨਹੀਂ। ਹਾਂਜੀ, ਸੌਂਦਾ ਵੀ ਇੱਥੇ ਹੀ ਰਹੀਦਾ ਵੀ ਸਾਰਾ ਦਿਨ ਇੱਥੇ ਆ, ਗੁੜ ਵੇਚੀ ਦਾ ਵਾ, ਕੋਈ ਗੱਲ ਹੀ ਨਹੀਂ ਇਹੋ ਜਿਹੀ। ਅਸੀਂ ਤਾਂ ਆਪਣੀ ਰੋਟੀ ਕਮਾਉਂਦੇ ਹਾਂ ਅਤੇ ਖਾਂਦੇ ਸੀ ਨਹੀਂ। ਹਾਂਜੀ, ਅੱਗੇ ਵੀ ਇੱਕ ਵਾਰ ਵਾਰਦਾਤ ਹੋਈ ਇਹਨਾਂ 'ਤੇ, ਉਦੋਂ ਇਹਨਾਂ ਦਾ ਸਿਰ ਪਾੜ ਦਿੱਤਾ, ਬਹੁਤ ਸੱਟਾਂ ਲਾਈਆਂ। ਹਾਂਜੀ, ਉਦੋਂ ਵੀ ਸੁਣਾਈ ਨਹੀਂ ਕੀਤੀ ਇਹਨਾਂ ਕੋਈ ਵੀ, ਨਾ ਪਤਾ ਨਹੀਂ ਲੱਗਦਾ। ਨੁਕਸਾਨ ਬਹੁਤ ਜ਼ਿਆਦਾ ਹੋਇਆ ਵਾ, ਬਹੁਤ ਚੀਜ਼ਾਂ ਸੀ, ਗੁੜ ਸੀ ਅਤੇ ਆਪਣੇ ਬਿਸਤਰੇ ਜੋ ਵੀ। ਹਾਂਜੀ ਹਾਂਜੀ, ਦੋਨੋਂ ਇੱਥੇ ਹੋਈਦਾ ਸੀ, ਤੋਂ ਇੱਥੇ ਪਤਾ ਸੀ ਵੀ ਆਹ ਕੁਛ ਹੁੰਦਾ ਵਾ, ਅਤੇ ਅਸੀਂ ਫਿਰ ਆਪੇ ਹੀ ਕਰਨ ਲੱਗ ਪਏ ਆਪਣੇ।